ਸਾਹੀ ਖਬਰੀ ਵੇਖੀ ਤੇ ਫਿਰ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਸਰੈਂਡਰ ਕਰਤਾ। ਭਾਈ ਸਾਹਿਬ ਨੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਉਹਨਾਂ ਨੇ ਸਿੱਖੀ ਸਰੂਪ ਵਿੱਚ ਸਰੈਂਡਰ ਕੀਤਾ। ਬਹੁਤ ਮਾਣ ਵਾਲੀ ਗੱਲ ਆ। ਇੱਕ ਯੋਧਾ ਸੀ ਤੇ ਯੋਧਿਆਂ ਦੀ ਤਰ੍ਹਾਂ ਹੀ ਉਹਨਾਂ ਨੇ ਸਰੈਂਡਰ ਕੀਤਾ। ਬਹੁਤ ਸਾਨੂੰ ਖੁਸ਼ੀ ਦੀ ਗੱਲ ਆ। ਸਾਨੂੰ ਖਬਰ ਤੋਂ ਪਤਾ ਲੱਗਾ ਕਿ ਰੋਡੇ ਪਿੰਡ ਰੋਡੇ ਤੋਂ ਜਿੱਥੇ ਉਹਨਾਂ ਨੇ ਦਸਤਾਰਬੰਦੀ ਹੋਈ ਸੀ ਜਿਹੜੇ ਗੁਰਦੁਆਰੇ ਉਸੇ ਗੁਰਦੁਆਰੇ ਤੋਂ ਹੀ ਉਹਨਾਂ ਨੇ ਸਰੈਂਡਰ ਕੀਤਾ। ਮਨ ਚ ਡਰ ਸੀ ਕਾਫੀ ਦੇਰ ਦਾ ਕਿ ਬੇਟਾ ਸਾਹਮਣੇ ਨਹੀਂ ਹੈ, ਕਿ ਪੁਲਿਸ ਨੇ ਕੁਛ ਕਿੱਦਾਂ ਵਿਆਹ ਨਾ ਕੀਤਾ, ਅੱਜ ਸਾਹਮਣੇ ਆਏ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਵਧੀਆ ਹੋਇਆ। ਅੱਜ ਪਹਿਲੇ ਡਰ ਤੇ ਹੈ ਸੀ 35-36 ਦਿਨ ਵੀ ਕਿੱਥੇ ਹੋਊਗਾ ਕਿੱਦਾਂ ਹੋਊਗਾ, ਪਰ ਅੱਜ ਸਾਨੂੰ ਬਹੁਤ ਵਧੀਆ ਲੱਗਾ। ਮਾਣ ਵਾਲੀ ਗੱਲ ਆ, ਕਿਉਂਕਿ ਉਹ ਇੱਕ ਤੇ ਪੂਰਾ ਸੁੱਖੀ ਸਿੱਖੀ ਸਰੂਪ ਚ ਸਾਬਤ ਸੀ ਉਹਦਾ, ਜਿੱਦਾਂ ਉਹ ਫੋਟੋਆਂ ਚ ਕਰਦੇ ਸੀ ਵੀ ਕਦੀ ਉਹਦੇ ਵਾਲ ਖਿਲਾਰ ਦਿੰਦੇ ਸੀ ਕਦੀ ਕੁਛ। ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਉਹਨੇ ਸਾਬਤ ਸੂਰਤ ਆਪਣਾ ਜਿਹੜਾ ਸਰੈਂਡਰ ਕੀਤਾ। ਬਹੁਤ ਮਾਣ ਵਾਲੀ ਗੱਲ ਆ ਸਾਡੇ ਵਾਸਤੇ। ਹਾਂ, ਲੜਾਂਗੇ ਕਾਨੂੰਨੀ ਲੜਾਈ, ਮਿਲਣ ਵੀ ਜਾਵਾਂਗੇ। ਫਿਰ ਕੀ ਹੋਇਆ, ਬਾਕੀ ਵੀ ਸਿੰਘ ਉੱਥੇ ਉਹਦੇ ਨਾਲ ਦੇ ਹੀ ਆ, ਸਾਰਿਆਂ ਦੀ ਅਸੀਂ ਲੜਾਂਗੇ ਕਾਨੂੰਨੀ ਲੜਾਈ, ਜਾਵਾਂਗੇ ਮਿਲਣ ਵੀ ਜਿੰਨੀ ਜਲਦੀ ਹੋ ਸਕਿਆ। ਕੋਈ ਗ੍ਰਿਫਤਾਰੀ ਨਹੀਂ ਕੀਤੀ, ਉਹਨਾਂ ਨੇ ਆਪ ਸਰੈਂਡਰ ਕੀਤਾ ਵਾ। ਵਧੀਆ ਕੰਮ ਕਰ ਰਿਹਾ ਸੀ, ਨਸ਼ੇ ਛਡਾ ਰਿਹਾ ਸੀ, ਉਹ ਨਸ਼ੇ ਛਡਾਉਣ ਵਾਲਿਆਂ ਦੇ ਇਹਨਾਂ ਨੂੰ ਫੜਿਆ ਨਹੀਂ ਜਾਂਦਾ, ਤੇ ਜਿਹੜਾ ਵਧੀਆ ਕੰਮ ਕਰ ਰਿਹਾ ਸੀ ਉਹਦੇ ਤੇ ਇਹਨਾਂ ਨੇ ਇਲਜ਼ਾਮ ਲਾ ਕੇ ਤੇ ਕਈ ਕੁਛ ਕਰ ਦਿੱਤਾ। ਬਾਕੀ ਉਹ ਵਧੀਆ ਕੰਮ ਕਰਦਾ ਸੀ, ਅੰਮ੍ਰਿਤ ਸੰਚਾਰ ਕਰਾਉਂਦਾ ਸੀ, ਨਸ਼ੇ ਛਡਾਉਂਦਾ ਸੀ, ਵਧੀਆ ਕੰਮ ਕਰਦਾ ਸੀ ਉਹਦੇ ਨਾਲ। ਹਾਂ, ਵਧੀਆ ਸਾਨੂੰ ਚੰਗਾ ਲੱਗਦਾ ਸੀ ਵੀ ਸਾਨੂੰ ਮਾਣ ਵਾਲੀ ਗੱਲ ਸੀ ਵੀ ਸਾਡਾ ਬੱਚਾ ਵਧੀਆ ਕੰਮ ਕਰਨ ਡਿਆ। ਹਾਂ, ਬਹੁਤ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਕਿ ਉਹ ਸਿੱਖੀ ਸਰੂਪ ਵਿੱਚ ਆਪਣੇ ਉਹਨੇ ਉਹਦਾ ਕੋਈ ਵੀ ਨੁਕਸਾਨ ਨਹੀਂ ਹੋਇਆ, ਸਿੱਖੀ ਸਰੂਪ ਸਾਹਮਣੇ ਆਇਆ। ਸਾਨੂੰ ਬਹੁਤ ਹੀ ਮਾਣ ਵਾਲੀ ਗੱਲ। ਸਰਕਾਰਾਂ ਨੂੰ ਤਾਂ ਹੁਣ ਇਹ ਕਹਿੰਦੇ ਕਿ ਭਾਈ ਸਾਹਿਬ ਦਾ ਕਰਕੇ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਫੜਿਆ ਸੀ, ਨਜਾਇਜ਼ ਸਦਰ ਕਰਨੇ, ਉਹਨਾਂ ਨੂੰ ਵੀ ਹੁਣ ਛੱਡਿਆ ਜਾਵੇ, ਜਿਨ੍ਹਾਂ ਨੂੰ ਧੱਕੇਸ਼ਾਹੀ ਜਿਨ੍ਹਾਂ ਨਾਲ ਹੋਣ ਡਈ ਸੀ ਉਹਨਾਂ ਨੂੰ ਛੱਡਿਆ ਜਾਵੇ, ਤੇ ਬਾਕੀ ਚਲੋ ਜੋ ਕਾਨੂੰਨ ਦੀ ਲੜਾਈ ਹੋ ਜਾਵੇ। ਐਨਐਸਏ ਹਟਾ ਕੇ ਤੋਂ ਪੰਜਾਬ ਦੇ ਵਿੱਚ ਕੇਸ ਹੀ ਪੰਜਾਬ ਦੇ ਵਿੱਚ ਹੀ ਲੜਿਆ ਜਾਵੇ ਕੇਸ? ਚਲੋ, ਉਹ ਤਾਂ ਗਾੜੀ ਹੁਣ ਸਰਕਾਰਾਂ ਦੀ ਮਰਜ਼ੀ ਹੈ, ਕਰਾਂਗੇ ਕਾਨੂੰਨੀ ਲੜਾਈ, ਲੜਾਂਗੇ ਜੋ ਵੀ ਹੋਊਗਾ, ਵਾਹਿਗੁਰੂ ਦੇ ਹੁਕਮ ਚ ਜੋ ਵੀ ਹੋਊਗਾ ਮਨਜ਼ੂਰ ਹੈ। ਹਮ ਲੋਗ ਕੋ ਵੀ ਇਹ ਟੀਵੀ ਕੇ ਮਾਧਿਅਮ ਸੇ ਪਤਾ ਚਲਾ ਹੈ, 7:15 ਵਜੇ ਹਮ ਲੋਗ ਟੀਵੀ ਖੋਲਾ ਤੋ ਉਸ ਟਾਈਮ ਪਤਾ ਚਲਾ ਕਿ ਇਹ ਅੰਮ੍ਰਿਤਪਾਲ ਜੀ ਨੇ ਆਪਣੇ ਆਪ ਕੋ ਖੁਦ ਪੇਸ਼ ਕੀਆ, ਤੋ ਹਮ ਲੋਗ ਕੋ ਥੋੜਾ ਠੀਕ ਲਗਾ। ਹਮ ਲੋਗ ਵੀ ਵੈਸੇ ਵੀ ਚਾਹ ਰਹੇ ਥੇ ਕਿ ਉਨਕੀ ਵਜ੍ਹਾ ਸੇ ਇਹਨੇ ਲੋਗੋ ਕੋ ਪਰੇਸ਼ਾਨ ਕੀਆ ਜਾ ਰਹਾ ਹੈ, ਤੋ ਚਲੋ ਹਾਲਾਤ ਐਸੇ ਬਣਾਏ ਨੇ, ਤੋ ਅਗਰ ਸਰੈਂਡਰ ਕਰਨੇ ਕੀ ਬਾਤ ਹੋਤੀ ਤੇ ਇਧਰ ਵੀ 18 ਤਰੀਕ ਕੋ ਕੀਆ ਜਾ ਸਕਤਾ ਥਾ, ਲੇਕਿਨ ਚਲੋ ਜੋ ਡਰਾਮਾ ਹੋਣਾ ਜਾਂ ਜੋ ਜੈਸਾ ਵੀ ਹੋਣਾ ਥਾ, ਗੁਰੂ ਮਹਾਰਾਜ ਕੀ ਖੇਡ ਹੈ ਉਹ ਹੋ ਗਿਆ, ਤੇ ਹਮ ਲੋਗ ਠੀਕ ਹੈ। ਅੱਜ ਹਮ ਲੋਗ ਇੱਕ ਮਨ ਮੇ ਡਰ ਥਾ, ਹਾਂ ਕਿ ਮਤਲਬ ਆਪਨੇ ਵੀ ਕਿ ਕਹਾਂ ਹੈ ਹਮਾਰਾ ਬੱਚਾ, ਸਭ ਸੂਰਤ ਉਸੀ ਹਾਲਾਤ ਮੇ ਕੈਸਾ ਲੱਗ ਰਹਾ ਆਪਕੋ? ਨਹੀਂ, ਹਮ ਲੋਗ ਕੋ ਉਸਕੀ ਜ਼ਿੰਦਗੀ ਸੇ ਵੀ ਉਸਕਾ ਸਿੱਖੀ ਜ਼ਿਆਦਾ ਜ਼ਰੂਰੀ ਸਮਝ ਰਹੇ ਥੇ ਹਮ ਲੋਗ, तो हम लोग आज उसका जैसे पहले कई फीक फेक वीडियो आरा वगैरह चल रही थी, तो हम लोग के मन को काफी दुख था, लेकिन आज हम लोग को गुरु महाराज हम लोग कटानकोट शुक्र करते हैं कि उन्होंने हाथ दे के उसको उसको सही स्वरूप में वैसे ही चढ़दी कला में उसको आज उसका हम लोग वीडियो देखा, तो जो बात कर रहे थे वो आज भी उसके ऊपर कहम है, तो हम लोग को बहुत मान महसूस हो रहा है उनके ऊपर भी। तो अंकल एन एस ए लगा के उनको डिब्रूगढ़ भेजा गया और कई चीजें कहते हैं कि वो बोड़ा लफ्ज़ आप क्या कहना चाहेंगे सरकार को? लेकिन ये तो आज आपके सामने ही है ना, आप तो आपने भी देखा होगा, हम लोग उससे तो आप लोग को ज्यादा जानकारी है, लेकिन उनका जो उनका खुद का स्पीच है उसमें वो कह रहे मैं अपने आप को पेश कर रहा हूँ, तो बाकी तो अभी जहाँ उधर के जो लोग हैं जो उधर मौजूद होंगे वो बेहतर बता सकते हैं जी। हम लोग जैसे बाकी परिवारों ने जो डिब्रूगढ़ में अरेस्ट है उनसे मिलना जाए, आप भी कोशिश करेंगे उनसे मिलने में केस में? पहले बात तो हम लोग जो पहले आदमी उधर पहुंच चुके हैं डिब्रूगढ़, उनके परिवारों को हम लोग 2 टाइम मिल चुके हैं, तो फिर भी हम लोग कोशिश करेंगे। पहले तो हम लोग का ये थर्सडे को जाने का उसे बुधवार को जाने का प्रोग्राम था, लेकिन अभी थोड़ा शायद हो सकता है कि एक हफ्ता हम लोग थोड़ा आगे कर दें कि अभी इनका भी परमिशन आ रहा वगैरह लेके इनको भी मिल लें, तो केस तो लड़ना लड़ेंगे जी, ये तो पूरी कौम को लड़ना चाहिए उनके लिए, क्योंकि कौम का काम कर रहा था, नशे के खिलाफ काम कर रहा, लोगों को बचाने का काम कर रहा था, तो इसलिए हम लोग कौम के लोग भी श्रोमणी कमेटी ने भी हम लोग को ऑफर किया है पहले से भी, उन्होंने कोशिश कर रहे हैं, तो हम लोग उनका भी धन्यवाद दिए जो जो आदमी इनके हेल्प में आ रहे हैं। तो आप कहेंगे जो गलत शब्द बोले जा रहे हैं, इल्जाम लगाए उस पर रोक लगानी चाहिए?
हाँ जी, वो तो लगनी चाहिए, इल्जाम तो पहले से ही कि वो खाली नशियों के खिलाफ काम कर रहे थे, तो लेकिन जो गवर्नमेंट को उनका सहयोग करना चाहिए था उनको बदनाम करके नशे वाले को प्रमोट कर रहे हैं, तो हम लोग को तो इस चीज का तो काफी दुख है कि एक जो सही काम कर रहा, लोगों को बचाने के कारण नौजवानी को बचा रहा था, नौजवानी को सही रास्ते पे ला रहा था, उसको बदनाम करके अब को ये बड़ी बढ़िया अचीवमेंट नहीं है, हमारे गवर्नमेंट के लिए भी बदनामी का कारण है। एक साइड में बोल रहे हैं कि हम नशा खत्म करेंगे, एक नशा खत्म करने वाले को खत्म कर रहे हैं।